पंजाब नहीं बल्कि पूरे भारत अंदर किसानी अंदरून लैके अज जिहड़ा पूरे भारत बंद का सद्दा दिता गया, इतों तक कि पेट्रोल पंप बाजार सड़की आवाजाई ट्रांसपोर्ट हर चीज़ जी बिल्कुल बंद वेखण मिल गई। और नवांशहर के खासकर करिए लंगड़ूआ बाईपास एक बड़ा विशाल जिहड़ा एजिटेशन देखने मिल गया। साढ़े नाल ने जिला नवांशहर के पिंड मंगूवाल के सरपंच सरदार केवल सिंह खटकड़ जिहड़े कि एक NRI नाल किसान भी ने, अज भी वह इस एजिटेशन शामिल से। सब तो पहला खटकड़ साहब, जो अज पंजाब पद्धर उत्ते देश पद्धर उत्ते भारत बंद का सद्दा दिता गया, ਤੁਸੀਂ ਵੀ ਅੱਜ ਉਸ ਧਰਨੇ ਵਿੱਚ ਪਹਿਲਾਂ ਤਾਂ ਕਿੱਦਾਂ ਦਾ ਸਮਰਥਨ ਦਿੰਦੇ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੇਵਲ ਸਿੰਘ ਖਾਟਕੜ, ਸਰਪੰਚ ਪਿੰਡ ਮੰਗੂਵਾਲ, ਵਾਈਸ ਪ੍ਰੈਜ਼ੀਡੈਂਟ NRI ਸਭਾ ਨਵਾਂਸ਼ਹਿਰ। ਉਹ ਜਿਹੜਾ ਇਕੱਠ ਸੀ ਜੀ, ਬਹੁਤ ਵਧੀਆ ਸੀਗਾ। ਉੱਥੇ ਇੱਕ ਨੇ ਉੱਥੇ ਜੇ ਇੱਕ ਬੰਦਾ ਮੁੜਦਾ ਸੀ ਉਹਦੇ ਵਿੱਚੋਂ, ਅਤੇ ਜਿਹੜਾ 4 ਘੰਟੇ ਬੈਠ ਕੇ ਤਾਂ ਉੱਥੇ 10 ਹੋ ਰਹਿ ਜਾਂਦੇ, 20 ਹੋ ਜਾਂਦੇ, 100 ਹੋ ਰਹਿ ਜਾਂਦਾ ਸੀ। ਉਹ ਬਹੁਤ ਭਾਰੀ ਇਕੱਠ ਸੀ। ਉਸ ਇਕੱਠ ਨੇ ਇਸ ਸਾਡੇ ਇਲਾਕੇ ਨੇ ਦੱਸ ਦਿੱਤਾ ਕਿ ਕਿਸਾਨਾਂ ਦੇ ਮਗਰ ਕਿੰਨੀ ਜਨਤਾ ਹੈਗੀ ਆ। ਇਹ ਉਹ ਸਾਰੇ ਕਿਸਾਨ ਮਜ਼ਦੂਰ ਆੜਤੀ ਸਾਰੇ ਬੰਦੇ ਇਕੱਠੇ ਸੀਗੇ। ਉਹ ਇਹ ਸੀਗਾ ਕਿ ਲੈ ਕੇ ਇਹ ਤਕਲੀਫ ਇੱਕ ਇਕੱਲੇ ਕਿਸਾਨਾਂ ਨੂੰ ਨਹੀਂ ਹੈ, ਇਹ ਜਿਹੜੀ ਤਕਲੀਫ ਆ ਇਹ ਸਾਰਿਆਂ ਨੂੰ ਆ। ਇਹਦਾ ਜਿਹੜਾ ਅਸਰ ਪੈਣਾ ਉਹ ਇਕੱਲੇ ਕਿਸਾਨਾਂ 'ਤੇ ਨਹੀਂ ਪੈਣਾ, ਉਹ ਸਾਰਿਆਂ 'ਤੇ ਪੈਣਾ, ਮਜ਼ਦੂਰ ਹਰੇਕ ਵਰਗ 'ਤੇ ਪੈਣਾ, ਦੁਕਾਨਦਾਰੀ 'ਤੇ ਪੈਣਾ। ਜਦ ਮਾਲ ਹੀ ਨਹੀਂ ਹੋਣਾ ਕਿੱਥੋਂ ਵਿਕਣਾ, ਜੇ ਆਟਾ ਨਹੀਂ ਹੋਣਾ ਤਾਂ ਖਾਣਾ ਕਿੱਥੋਂ ਆ। ਇਸ ਕਰਕੇ ਬਹੁਤ ਭਾਰੀ ਇਕੱਠ ਸੀਗਾ। ਉਸ ਇਕੱਠ ਦੇ ਵਿੱਚ ਜਿੰਨੇ ਵੀ ਸਪੀਕਰ ਬੋਲੇ ਆ ਬਹੁਤ ਵਧੀਆ ਬੋਲੇ ਆ, ਔਰ ਸਾਰੀ ਜਨਤਾ ਨੇ ਦੱਸ ਦਿੱਤਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਇਹ ਜਿਹੜਾ ਜਿਹੜਾ ਇਹਨੇ 3 ਆਰਡੀਨੈਂਸ ਬਣਾਏ ਆ ਉਹਨਾਂ ਨੂੰ ਅਸੀਂ ਬੰਦ ਕਰਾਉਣਾ, ਉਹ ਵਾਪਸ ਲੈਣ, ਨਹੀਂ ਤਾਂ ਕੋਈ ਫੈਸਲਾ ਨਹੀਂ। ਖਰਪਟ ਸਾਹਿਬ, ਜਿਵੇਂ ਹੁਣ ਗੱਲ ਕਰੀਏ ਤਾਂ ਇਸ ਕਾਲੇ ਕਾਨੂੰਨਾਂ ਨੂੰ ਲੈ ਕੇ ਜਿਹੜਾ ਕਿ ਪੂਰੇ ਕਈ ਦਿਨਾਂ ਤੋਂ 2.5-3 ਮਹੀਨੇ ਤੋਂ ਜਿਹੜਾ ਸੰਘਰਸ਼ ਚੱਲ ਰਿਹਾ, ਔਰ ਜਿਹੜੀਆਂ ਕੇਂਦਰ ਅਤੇ ਕਿਸਾਨਾਂ ਦੀ ਜਿਹੜੀਆਂ 5 ਮੀਟਿੰਗਾਂ ਵੀ ਹੋ ਚੁੱਕੀਆਂ ਆ, ਇੱਕ ਕੱਲ੍ਹ ਮੀਟਿੰਗ ਹੋਣ ਜਾ ਰਹੀ ਹੈ ਪਹਿਲਾਂ, ਅਤੇ ਕੱਲ੍ਹ ਦੀ ਮੀਟਿੰਗ ਦੇ ਉੱਤਾਂ ਲੱਗਦਾ ਵੀ ਤੁਹਾਨੂੰ ਕੁਛ ਅਸਾਰ ਹੈਗੇ ਆ? ਹਾਂਜੀ, ਮੈਨੂੰ ਲੱਗਦਾ ਪੱਕਾ ਕਿ ਕੁਛ ਨਾ ਕੁਛ ਇਹਦਾ ਰਿਜ਼ਲਟ ਨਿਕਲੂਗਾ, ਔਰ ਰਿਜ਼ਲਟ ਕਿਸਾਨਾਂ ਦੇ ਹੱਕ ਵਿੱਚ ਹੋਊਗਾ। ਕਿਉਂਕਿ ਜੇ ਅਗਰ ਉਹ ਨਾ ਨਿਕਲਿਆ ਤਾਂ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ, ਦੇਸ਼ ਨੂੰ ਨੁਕਸਾਨ ਹੋਣਾ। ਇੱਕ ਫਿਰ ਉਹਨੀ ਲੋਕਾਂ ਨੇ ਇਹ ਕਹਿਣਾ ਵੀ ਅਸੀਂ ਦੇਸ਼ ਵਾਸੀ ਕਿਸਾਨਾਂ ਨੂੰ ਸਮਝਦੇ ਨਹੀਂ, ਕਿਸਾਨਾਂ ਨੇ ਇਹੀ ਕਹਿਣਾ ਵੀ ਦੇਸ਼ ਵਾਸੀ ਨਹੀਂ ਅਤੇ ਅਸੀਂ ਕੀ ਕਰਨਾ। ਉਹ ਫਿਰ ਉਹਦਾ ਰਿਜ਼ਲਟ ਜਿਹੜਾ ਜੀ ਉਹ ਇਹਨਾਂ ਨੂੰ ਫਿਰ ਬੜੀ ਮੁਸੀਬਤਾਂ ਪੈਣੀਆਂ, ਭੁਗਤਣਾ ਪੈਣਾ ਇਹਨਾਂ ਲੋਕਾਂ ਨੂੰ ਜਿਹੜੇ ਕਿ ਅੱਜ ਨਾ ਨੌਕਰ ਕਰਦੇ ਨੇ ਜਾਂ ਜਿਹੜੇ ਡਿਕਟੇਟਰਸ਼ਿਪ ਕਰਦੇ ਨੇ। ਅਤੇ ਜਿਵੇਂ ਗੱਲ ਕਰੀਏ ਤਾਂ ਪਹਿਲਾਂ ਜਿਹੜੀ ਮੀਟਿੰਗ ਦੇ ਵਿੱਚ ਜਿਹੜਾ ਤੋਮਰ ਨੇ ਵੀ ਬਿਆਨ ਦਿੱਤਾ, ਔਰ ਅੱਜ ਦੀ ਜਿਹੜੀ ਸਵੇਰੇ ਇੱਕ ਬਿਆਨ ਦੇ ਦਿੱਤਾ ਕਿ ਅਸੀਂ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਨੇ, ਸੰਸ਼ੋਧਨ 'ਤੇ ਅੜੇ ਹੋਏ ਆ। ਉਹਨਾਂ ਨੇ ਕਿਹਾ ਵੀ ਜੇ ਕਿਸਾਨ ਆਪਣੀ ਜਿੱਤੇ ਨੇ ਆਪਣੇ ਪ੍ਰਦਰਸ਼ਨ 'ਤੇ ਤਾਂ ਅਸੀਂ ਇਹਨਾਂ ਦਾ ਟਾਕਰਾ ਕਰਨਾ ਹੈ, ਜਾਂ ਇਹਨਾਂ ਦੇ ਜਿਹੜਾ ਐਜੀਟੇਸ਼ਨ ਨੂੰ ਰੱਦ ਕਰਨਾ ਜਾਣਦੇ ਹਾਂ। ਕੀ ਲੱਗਦਾ ਪਹਿਲਾਂ ਤਾਂ ਇਹ ਬਿਆਨ ਜਿਹੜਾ ਬੜਾ ਕਾਤਕ ਬਿਆਨ ਹੈ, ਇਹ ਕਿਸਾਨੀ ਅੰਦੋਲਨ ਨੂੰ ਹੋਰ ਜ਼ਿਆਦਾ ਤਸਪੀਕਾ ਕਰੇਗਾ? ਦੇਖੋ ਜੀ, ਇਹ ਤਾਂ ਉਹ ਗੱਲ ਕਰ ਰਹੇ ਆ ਤੋਮਰ ਸਾਹਿਬ ਭਈ, ਪਹਿਲਾਂ ਤਾਂ ਹਥਿਆਰ ਜਿਹੜਾ ਉਹ ਖੁੰਡਾ ਹੁੰਦਾ, ਅਤੇ ਜਦੋਂ ਇੱਦਾਂ ਦੀਆਂ ਗੱਲਾਂ ਕਰਨੀਆਂ ਕਿ ਅਸੀਂ ਉਹਨਾਂ ਨਾਲ ਮੁਕਾਬਲਾ ਕਰਨ ਨੂੰ ਤਿਆਰ ਹਾਂ, ਫਿਰ ਹਰੇਕ ਬੰਦਾ ਆਪਣਾ ਹਥਿਆਰ ਤਿੱਖਾ ਕਰਦਾ, ਫਿਰ ਹਰੇਕ ਬੰਦਾ ਆਪਣਾ ਹਥਿਆਰ ਲੋਡ ਕਰਕੇ ਵੀ ਰੱਖਦਾ। ਸੋ ਇਹ ਬਹੁਤ ਮਾੜੀ ਗੱਲ ਸੀ ਜਿਹੜੀ ਉਹਨੇ ਇਹ ਗੱਲ ਕਹੀ ਆ ਕੱਲ੍ਹ, ਅਤੇ ਉਹਨਾਂ ਨੂੰ ਇਹ ਕਹਿਣੀ, ਇਹ ਸਿਆਣੇ ਦੇਖੋ ਐਡੇ ਵੱਡੇ ਲੀਡਰ ਨੇ ਔਰ ਉਹਨਾਂ ਨੂੰ ਇੱਕ ਮਾਰਕ ਨੇ ਸਮਝ ਲਓ ਦੇਸ਼ 'ਤੇ, ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਲੱਗਦੀਆਂ। ਜੇ ਪਰਿਵਾਰ ਦੇ ਵਿੱਚ ਜੇ ਹੁਣ ਇੱਕ ਬਾਪ ਆ ਉਹਦੇ 4 ਲੜਕੇ ਆ, ਅਗਰ ਉਹ ਕੋਈ ਮੰਗ ਕਰਦਾ ਪੈਂਟ ਦੀ, ਕੋਈ ਕਰਦਾ ਸਾਈਕਲ ਦੀ, ਕੋਈ ਕੁਛ ਦੀ, ਅਤੇ ਉਹ ਉਹਨਾਂ ਦੀਆਂ ਮੰਗਾਂ ਨਹੀਂ ਪੂਰੀ ਕਰਦਾ, ਤਾਂ ਬਾਪ ਇਹ ਨਹੀਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਘਰੋਂ ਕੱਢ ਦਿੰਦਾ, ਨਹੀਂ, ਉਹਨਾਂ ਨੂੰ ਪਤਿਆ ਕੇ ਹਰ ਚੀਜ਼ ਜਿਹੜੀ ਆ ਚੀਜ਼ ਲੈਂਦਾ, ਕਿਸੇ ਨੂੰ ਕੁਛ ਲੈਂਦਾ। ਤੋਮਰ ਸਾਹਿਬ ਨੂੰ ਇਹ ਗੱਲ ਜਿਹੜੀ ਆ ਉਹ ਚੰਗੀ ਨਹੀਂ ਸੀ ਲੱਗਦੀ, ਉਹਨਾਂ ਨੂੰ ਕਹਿਣਾ ਨਹੀਂ ਸੀ ਚਾਹੀਦਾ। ਉਹਨੀ ਤਾਂ ਇਹ ਆ ਭਈ ਉਹਨਾਂ ਦੇ ਕਹਿਣ ਨਾਲ ਇੱਦਾਂ ਦੇ ਲਫ਼ਜ਼ ਬੋਲਣਗੇ ਅਤੇ ਨੁਕਸਾਨ ਜਿਹੜਾ ਉਹ ਸਾਰੇ ਦੇਸ਼ ਨੂੰ ਨੁਕਸਾਨ ਹੋਣਾ, ਤੋਮਰ ਹੋਣਾ ਨੂੰ ਗਾਂ ਇਹਨਾਂ ਦਾ ਤਾਂ ਕਦੇ ਨਾਂ ਨਿਸ਼ਾਨ ਮਿਲ ਜਾਣਾ ਇਹਦੀ ਪਾਰਟੀ ਦਾ ਵੀ। ਅਤੇ ਹਰਿਆਣੇ ਦੇ CM ਜਿਹੜੇ ਖੱਟੜ ਸਾਹਿਬ ਆ, ਉਹ ਪਹਿਲਾਂ ਤਾਂ ਕਹਿੰਦੇ ਸੀ ਕਿ ਇਕੱਲੇ ਪੰਜਾਬ ਦੇ ਸਾਡੇ ਹਰਿਆਣੇ ਦਾ ਕਿਸਾਨ ਹੀ ਨਹੀਂ ਹੈਗਾ, ਇਹ ਰਾਜਨੀਤੀ ਚੱਲ ਰਹੇ। ਹੁਣ ਜਦੋਂ ਹਰਿਆਣੇ ਦਾ ਕਿਸਾਨ ਵੀ ਅੰਦੋਲਨ 'ਚ ਆ ਗਿਆ, ਅਤੇ ਅੱਜ ਚੌਟਾਲਾ ਦੇ ਨਾਲ ਵੀ ਜਿਹੜੀ ਆ ਆਪਸੀ ਮਤਭੇਦ ਸ਼ੁਰੂ ਹੋ ਗਏ ਆ, ਕਿਉਂਕਿ 4 ਵਿਧਾਇਕ ਜਿਹੜੇ ਆ ਚੌਟਾਲਾ ਦੇ ਉਹ ਕਿਸਾਨਾਂ ਦੇ ਸਮਰਥਨ 'ਚ ਆ ਗਏ ਆ, ਅਤੇ ਅੱਜ ਖੱਟੜ ਸਾਹਿਬ ਜਿਹੜੇ ਹੁਣ ਤੋਮਰ ਸਾਹਿਬ ਨੂੰ ਮਿਲ ਕੇ ਆਏ ਆ, ਕੀ ਲੱਗਦਾ ਵੀ ਕੋਈ ਪੋਜ਼ੀਟਿਵ ਰਿਜ਼ਲਟ ਹੋਊ ਨਿਕਲੇਗਾ? ਹਾਂਜੀ, ਮੈਨੂੰ ਲੱਗਦਾ ਤਾਂ ਹੈਗਾ ਅਗਰ ਖੱਟੜ ਸਾਹਿਬ ਮਿਲ ਕੇ ਆਇਆ, ਕਿਉਂਕਿ ਖੱਟੜ ਸਾਹਿਬ ਨੂੰ ਇਹ ਪਤਾ ਕਿ ਲਵੇ ਜੇ ਇਹਨਾਂ ਜਿਹੜੇ ਅੰਦੋਲਨ ਕਿਸਾਨਾਂ ਦਾ ਅਗਰ ਨਾਮ ਮੰਨਿਆ ਗਿਆ, ਖੱਟੜ ਸਾਹਿਬ ਨੂੰ ਯਾਦ ਹੋਣਾ ਅੱਗੇ ਜਾਟ ਅੰਦੋਲਨ ਚੱਲਿਆ ਸੀ ਔਰ ਇਸੇ ਖੱਟੜ ਸਾਹਿਬ ਦੇ ਏਰੀਏ 'ਚੋਂ ਚੱਲਿਆ ਸੀਗਾ, ਉਹਨੇ ਧੰਨ ਧੰਨ ਕਰਾਤੀ ਸੀ, ਉਹਨੇ ਇਹਨਾਂ ਦੀ ਬੱਸ ਕਰਾਤੀ ਸੀ ਜਿਹੜੇ ਲੋਕ ਉਹਨਾਂ ਦੇ ਖਿਲਾਫ ਸੀ। ਸੋ ਹੀ ਉਹ ਜਿਹੜੇ ਕਿਸਾਨ ਨੇ, ਮੈਂ ਐਕਚੁਲੀ ਮੈਂ ਵੀ ਪੜ੍ਹਿਆ ਹਰਿਆਣੇ 'ਚ ਪੜ੍ਹਿਆ,
शाहबाद मार्केट में पढ़िया। मैं छोटा हों उतों 17-16 साल की उम्र तक उतों आया तो वो जो जाड अच्छे खड़ते वो भी पिछे हटते हैं। बाकी हूँ उन्होंने सब तो वही गल आ जो पंजाब उन्होंने नाल आ तो वो कदे हटन गए नहीं। गां खट्टर साहब का कदे नाम नहीं लैना ये भी मैं दस दिना। अगर खट्टर साहब ने जो कुछ किया वो कदे ना हूँ इन्हों खट्टर साहब उन्होंने को गए तो जे वो किसानों मंगा नहीं मानते तो फिर खट्टर साहब समझ लो भी बिस्तरा एक हो जाए। तो हूँ एक करंट न्यूज़ आई है लेटैसट न्यूज़ है जी कि जो अज का भारत बंद में देख के या किसानों अंदर गुस्से में देख के जिमें बीजेपी ने जोड़ा चंडीगढ़ दफ्तर का घराव भी किया तो अमित शाह वालों एक जी हूँ 15 किसान की एक जी कमेटी बनाई गई है और 7 बजे जरा अज अपने घर सद्दा दिता गया उन्होंने बुलावा किसान जाएंगे अगर जाते हैं तो कि लगता किन्ने परसेंट पॉजिटिव जरा रिजल्ट होगा कल का। मेरे ख्याल देखो जी भाई 70-80% मैं कह सकता भाई ये रिजल्ट जोड़ा किसानों के हक होगा तो ये ना किसान के हक है तो 110% जो गेंस तो कल की फाइनल टच यसनों वाली गल है तो तुम कहते 78% अगर नहीं हों जिमें मोदी साहब न तो यू एन ओ ने भी दसदा तो कनेडा के प्रधानमंत्री ने भी कहता साडे देश ने मनी बाहरले देशों के भी आउट ऑफ स्टे आउट ऑफ कंट्री है जी वह भी एजुकेशन के समर्थन दे रही है पंजाबी जिते बसे हुए हैं तो घोल कितने तक जाएगा तो की हालात 84 या 47 वाले बनेंगे बन सकते हैं। देखो जी जे बहर गए लोग आ मैं भी बहरों आया मैं भी सारी उम्र बहर आया 40 साल जो बहरों आ गए असी उस डेमोक्रेसी रहे हैं जिते हर बंदे इज्जत मिलती है चाहे वह गरीब है चाहे वह अमीर है। इतने तो जे प्राइम मिनिस्टर कह दीजिए मिनिस्टर जाता वो गड्डी पिछे होंगी आ 10 गड्डिया मोहरे होंगे 10 पिछे होंगे हूटर बजते होंगे उदा का कोई चक्कर नहीं ना उत्थे कोई एक जे प्राइम मिनिस्टर भी आ ये भी मैं देखा प्राइम मिनिस्टर जिन्हें अपन शॉपिंग करते हैं जाके शॉप मॉल के इस तरह वो करते हैं कोई ये नहीं कहता जाके वो पैरी हाथ लाना जो गोडी हाथ लाना ज कुछ करना इदा दल उ नहीं होनी इतने इन्हों देखो सारा पैसा जो आ मैं ये कहना भी जोड़ा जिने मिनिस्टर आ जिने चाहे कोई प्राइम मिनिस्टर आ मिनिस्टर आ एम एल ए आ जिन्ना खर्चा उन्होंने हो रहा उ खर्चा अगर ये बचा सकना इस तरह मैं ये नहीं कहता कि उन्होंने तनखा बंद कर दौ नहीं तनखा मिलनी चाहिए आ उन्होंने पेनशन भी एक चाहिए आ हरेकों इको पेनशन चाहिए भावें 20 बार मिनिस्टर बने इको पेनशन चाहिए आ और उ खर्च अगर बचा के रखन आ जी सिक्योरिटी है नहीं तुरी फिर आवागमन जिदन मौत आनी आ उदन किसी ने नहीं पुछना उदन जो जिन्हिया मर्जी सिक्योरिटियां हो जो मर्जी आ सच्चे पातशाह ने फूक मारनी आ सब कुछ जाता लगना अगर ये तोमर साहब कल शाह जी शाह साहब कल अगर ये सारे उन्होंने कहने मान लेंगे उन्होंने सत्कार आ सत्कार करते हैं तो समझ लो इन्हों की जित आ नहीं तो इन्हों का बुरा हाल आ बिचे तोमर का बिचे शाह का बिचे मोदी का सारे का मोदी किन्ने मोदी का किन्ना खर्चा जी देखो अरबा खरबा का खर्चा मोदी का वो किड़े बेलने से जुड़िया एक ब एक किसान है जोड़ा बेचारा समीर तो तकाले वह मूँह सिर लिबड़िया हों खेतों के काम करता यह कि काम करते हैं इन्हें कोई काम किया जे चाह बेच ली तो चाह ना भी नहीं कद मूँह लिबड़िया होना जोड़ा जिमीदार आ रात को सप्पा दिन सिरिया के पैर रख रख फिर पानी रात को देखो बिजली आ रात को आँदी आ असी रात को जाके वो पानी लाई आ पानी कई बार इस तरह होंगी आई जे नींद आ गई ना उत्थे मंजा डा के पैर जड़े आ पहले खेत रख दिया जब कैरा भर गया तो फिर दूए कैरे में बोलना ये हालात होंगे आ जे कल किसान का मन लैन कि वो जो आर्डीनेंस है वो वापस लै लैन ना कि उन्होंने सोध साध करने की कोई लोड़ नहीं टोटली वापस लैन तो फिर ये गौरमेंट भी रह जाऊगी ये बच भी जाएंगे किसान भी बच जाएगा बेचारा और सारी जनता बच जाऊगी जे देश ना इन्हों प्यार जे जनता ना इन्हों प्यार जे ना मनगे तो मैं ये कहना कि इन्हों जनता ना कोई प्यार नहीं इन्हों अपने पैसों ना जो हेरा फेरी ना पैसे बाहर क्ढन जड़े नहीं कुत्ते पाले वा उन्होंने सो इस सरपंच केवल सिंह खट्टर साहब जिन्होंने दसिया कि अगर मोदी सरकार जी कल जो 9 तरीक न फाइनल मीटिंग किसान जो किसान सप्पा दिन सिरिया मित के जी अन्न पैदा करते हैं और अन्न पूरे विश्व में जाता है हर इंसान जोड़ा आ उस दे नाल जो अपना ढिड पालदा आ उन्हां दी मंगा पूरी करके उन्होंने उन्होंने जोड़े काले कानून बनाए गए हैं वो रद्द कर दें ता ही ये सरकार कामयाब रहेगी ता ही सरकार रहेगी नहीं तो बुरे हाल होंगे हालात ज़्यादा खराब होंगे। D5 चैनल नवा शक्ति नरेंद्र D5 चैनल पंजाबी
ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।